ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਮਿਲਾਨ ਕਰੋ ਨੂੰ ਡਿਸਕਸ ਕਰਨ ਜਾ ਰਹੇ ਹਾਂ ਇਹ ਵੀਡੀਓ ਤੁਹਾਡੇ ਪੀਐਸਟੈਟ ਐਂਡ ਸੀਟੈਟ ਤੇ ਐਗਜ਼ਾਮ ਲਈ ਇੰਪੋਰਟੈਂਟ ਹੈਗੀ ਆ ਜੀ ਜਿਨ੍ਹਾਂ ਨੇ ਐਸਐਸਟੀ ਦਾ ਜਿਹੜਾ ਕੰਬੀਨੇਸ਼ਨ ਹੁੰਦਾ ਹੈ ਜੀ ਉਹ ਰੱਖਿਆ ਹੁੰਦਾ ਹੈ ਉਹਨਾਂ ਬੱਚਿਆਂ ਲਈ ਇਹ ਜਿਹੜੀ ਵੀਡੀਓ ਹੈ ਜੀ ਇੰਪੋਰਟੈਂਟ ਹੈਗੀ ਆ ਵੇਖ ਲੈਣੇ ਆ ਜੀ ਮਗਧ ਅਜਾਤ ਸ਼ਤ్రੂ ਵੱਜੀ ਸ਼੍ਰੇਣੀ ਪਾਰਸ਼ਵਨਾਥ ਬੁੱਧ ਵੈਸੇ ਤਾਂ ਦੋਸਤੋ ਇਹ ਲੈਸਨ ਆਪਾਂ ਰੀਸੈਂਟਲੀ ਹੀ ਪੜਿਆ ਸੀਗਾ ਮੈਂ ਸਿਰਫ ਇਹ ਚੈੱਕ ਕਰਨਾ ਚਾਹੁੰਦਾ ਕਿ ਜੋ ਕੁਝ ਆਪਾਂ ਪੜ ਰਹੇ ਹਾਂ ਕੀ ਤੁਹਾਨੂੰ ਸਮਝ ਆ ਵੀ ਰਹੀ ਹੈ ਜਾਂ ਨਹੀਂ ਹੋ ਸਕੇ ਤਾਂ ਵੀਡੀਓ ਨੂੰ ਪਾਜ਼ ਕਰ ਲਿਓ ਤੇ ਇਹਨਾਂ ਦੇ ਜਿਹੜੇ ਜਵਾਬ ਹੈਗੇ ਆ ਜੀ ਉਹ ਖੁਦ ਹੀ ਦੇਣ ਦੀ ਕੋਸ਼ਿਸ਼ ਕਰਿਓ ਕਿ ਤੁਹਾਨੂੰ ਇਹ ਜਿਹੜੇ ਮਿਲਾਨ ਕਰੋ ਹੈਗੇ ਆ ਜੀ ਮੈਚ ਦੀ ਕਾਲਮ ਹੈਗੇ ਆ ਜੀ ਕੀ ਤੁਹਾਡੇ ਤੋਂ ਇਹ ਕੁਐਸਚਨ ਸੋਲਵ ਹੋ ਰਹੇ ਨੇ ਕਿ ਨਹੀਂ ਹੋ ਰਹੇ ਨੇ ਅਦਰਵਾਇਜ਼ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਹੀ ਆਨਸਰ ਤਾਂ ਦੱਸ ਹੀ ਦੇਣੇ ਆ ਸੋ ਵੇਖ ਲੈਣੇ ਆ ਜੀ ਮਗਦ ਕੀ ਹੈ ਕੀ ਇਹ ਗਣਤੰਤਰ ਹੈ ਕੀ ਇਹ ਮਹਾਜਨਪਦ ਹੈ ਕਿ ਇਹ ਗਿਲਡ ਹੈ ਕਿ ਇਹ ਰਾਜਾ ਕਿ ਇਹ ਅਸ਼ਟਮਾਰਗ ਜਾਂ ਫਿਰ ਤੀਰਥੰਕਰ ਹੈ ਅਜਾ ਸ਼ਤਰੂ ਕੀ ਹੈ ਜੀ ਗੜਦੰਤਰ ਮਹਾਜਨਪਦ ਗਿਲਡ ਰਾਜਾ ਅਸ਼ਟਮਾਰਗ ਤੀਰਥੰਕਰ ਵੱਜੀ ਕੀ ਹੈ ਜੀ ਇਹਦੇ ਵਿੱਚ ਤੁਸੀਂ ਧਿਆਨ ਨਾਲ ਵੇਖੋ ਤੇ ਜਵਾਬ ਦਿਓ ਸ਼੍ਰੇਣੀ ਦੇ ਬਾਰੇ ਵੀ ਤੁਸੀਂ ਦੱਸਣਾ ਹੈ ਪਾਰਸ਼ਵਨਾਥ ਤੇ ਬੁੱਧ ਸ਼ੁਰੂਆਤ ਕਰਦੇ ਹਾਂ ਜੀ ਮਗਧ ਤੋਂ ਮਗਧ ਦੀ ਆਪਾਂ ਗੱਲ ਜਿਹੜੀ ਹੈਗੀ ਹੈ ਜੀ ਇਸ ਪਾਠ ਦੇ ਵਿੱਚ ਜਦੋਂ ਆਪਾਂ ਪੜ੍ਹ ਰਹੇ ਸੀਗੇ ਉਹਦੇ ਵਿੱਚ ਸ਼ੁਰੂਆਤ ਵਿੱਚ ਕੀ ਕੀਤੀ ਸੀਗੀ ਕਿ ਮਗਧ ਇੱਕ ਮਹਾਜਨਪਦ ਹੈ অপশন নাম্বার এ ইজ দা রাইট আনসার ਵੀ 1 ਦਾ ਆਜੇਗਾ ਜੀ ਐੜਾ ਆਪਾਂ ਦੂਜੇ ਨੂੰ ਵੇਖ ਲੈਨੇ ਆ ਜੀ ਦੂਜੇ ਦਾ ਕੀ ਜਵਾਬ ਹੋਏਗਾ आजाद ਸ਼ਤਰੂ ਦਾ ਜਿਹੜਾ ਸਹੀ ਜਵਾਬ ਹੈ ਜੀ आजाद ਸ਼ਤਰੂ ਕੀ ਸੀਗਾ आजाद ਸ਼ਤਰੂ ਕੀ ਹੈ ਗੜਤੰਤਰ ਹੈ ਗਿਲਡ ਹੈ ਰਾਜਾ ਹੈ ਅਸ਼ਟਮਾਰਗ ਜਾਂ ਫਿਰ ਤੀਰਥੰਕਰ ਇਹਦਾ ਸਹੀ ਜਵਾਬ ਹੋਏਗਾ ਜੀ ਰਾਜਾ ਇੱਕ ਕੰਗਸ ਹੈਗਾ ਐਂਡ ਇਹਨਾਂ ਦੇ ਪਾਪਾ ਦਾ ਨਾਮ ਕੀ ਸੀ ਇਹਨਾਂ ਦੇ ਪਾਪਾ ਦਾ ਨਾਮ ਸੀਗਾ ਬਿੰਬੀਸਾਰ ਥਰਡ ਵੇਖ ਲੈਨੇ ਆ ਵੱਜੀ ਕੀ ਹੈ ਵੱਜੀ ਦਾ ਸਹੀ ਜਵਾਬ ਹੋਏਗਾ ਗੜਤੰਤਰ ਵੱਝੀ ਕੀ ਸੀ ਵੱਝੀ ਇੱਕ ਗਣਤੰਤਰ ਸੀ ਰਿਪਬਲਿਕ ਜਿਹਨੂੰ ਆਪਾਂ ਕਹਿ ਸਕਦੇ ਆਂ ਅਗਲਾ ਵੇਖ ਲੈਣੇ ਆਂ ਸ਼੍ਰੇਣੀ ਸ਼੍ਰੇਣੀ ਬਾਰੇ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਕਈ ਵਾਰ ਸੀਟੈਟ ਦੇ ਇਗਜ਼ਾਮ ਵਿੱਚ ਇਹ ਕੁਐਸ਼ਨ ਪੁੱਛਿਆ ਗਿਆ ਸ਼੍ਰੇਣੀਆਂ ਕੀ ਹੁੰਦੀਆਂ ਨੇ ਸ਼੍ਰੇਣੀਆਂ ਦੀ ਜੇਕਰ ਆਪਾਂ ਗੱਲ ਕਰਦੇ ਆਂ ਸ਼੍ਰੇਣੀਆਂ ਆਪਾਂ ਗਿਲਡ ਨੂੰ ਕਹਿੰਦੇ ਆਂ ਤੇ ਸ਼੍ਰੇਣੀਆਂ ਬਾਰੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਜਿਹੜੇ ਵਪਾਰੀ ਵਰਗ ਦੇ ਲੋਕ ਹੁੰਦੇ ਸੀ ਨਾ ਮੰਨ ਲਓ ਕੋਈ ਇਹੋ ਜਿਹਾ ਕ્રાਫਟ ਪਰਸਨ ਹੈਗਾ ਕੋਈ ਹੈਗਾ ਪਰਸਨ ਹੈਗਾ ਉਹ ਮਿੱਟੀ ਦੇ ਭਾਂਡੇ ਬਣਾ ਰਿਹਾ ਜਾਂ ਫਿਰ ਉਹ ਬੂਟ ਵਗੈਰਾ ਬਣਾ ਰਿਹਾ ਜਾਂ ਫਿਰ ਛੋਟੀਆਂ-ਛੋਟੀਆਂ ਮੂਰਤੀਆਂ ਬਣਾ ਰਿਹਾ ਸੋ ਮੰਨ ਲਓ ਕੋਈ ਇੱਕ ਸੇਮ ਕੰਮ ਕਰਨ ਵਾਲਾ ਜਿਹੜਾ ਪਰਸਨ ਹੈਗਾ ਉਹਨਾਂ ਦਾ ਜਿਹੜਾ ਜਦੋਂ ਗਰੁੱਪ ਬਣ ਜਾਂਦਾ ਜਦੋਂ ਗਿਲਡ ਬਣਾ ਲੈਂਦੇ ਆ ਜੀ ਉਹ ਗਰੁੱਪ ਬਣਾ ਲੈਂਦੇ ਆ ਉਹਨਾਂ ਨੂੰ ਆਪਾਂ ਸ਼੍ਰੇਣੀ ਦਾ ਨਾਮ ਦਿੰਨੇ ਆ ਸੋ ਫੋਰਥ ਆਪਸ਼ਨ ਦਾ ਈਡੀ ਆਨਸਰ ਹੈਗਾ ਅਗਲਾ ਦੇਖ ਲੈਨੇ ਆ 파ਰਸ਼ਵਨਾਥ 파ਰਸ਼ਵਨਾਥ ਕੌਣ ਸੀਗੇ ਤੇ ਇਹਦੇ ਬਾਰੇ ਦੇਖੋ ਇਹਦਾ ਕੀ ਜਵਾਬ ਹੋਏਗਾ ਕਿ ਅਸ਼ਟਮਾਰਗ ਹੈ ਜਾਂ ਫਿਰ ਤੀਰਥੰਕਰ ਸੋ ਇਹਦਾ ਜਵਾਬ ਹੋਏਗਾ ਜੀ ਤੀਰਥੰਕਰ तीर्थंकर बारे मैं तो अनु दसया ਵੀ ਸੀਗਾ ਰਿਸ਼ਭ ਦੇਵ ਨਾਮ ਦੇ ਜਿਹੜੇ ਪਰਸਨ ਸੀ ਉਹ ਪਹਿਲੇ ਤੀਰਥੰਕਰ ਸੀਗੇ 파르ਸ਼ਵਨਾਥ ਜੈਨ ਧਰਮ ਤੋਂ ਸੰਬੰਧ ਰੱਖਦੇ ਸੀਗੇ ਤੇ ਇਹ 23ਵੇਂ ਤੀਰਥੰਕਰ ਸੀਗੇ 23ਵੇਂ ਆਪਾਂ ਕਹਿ ਸਕਦੇ ਆ 파르ਸ਼ਵਨਾਥ 23ਵੇਂ ਤੀਰਥੰਕਰ ਸੀਗੇ ਤੇ 24ਵੇਂ ਤੇ ਕੌਣ ਸੀ ਜਿਹੜੇ ਕਿ ਲਾਸਟ ਤੀਰਥੰਕਰ ਰਹੇ ਸੀਗੇ ਉਹ ਸੀਗੇ ਮਹਾਵੀਰ ਆਪਾਂ ਕਹਿ ਸਕਦੇ ਆ ਵਰਦਮਾਨ ਮਹਾਵੀਰ ਇਸ ਦਾ ਲਾਸਟ ਤੀਰਥੰਕਰ ਉਮੀਦ ਕਰਦਾ ਹਾਂ ਤੁਸੀਂ ਇਸ ਗੱਲ ਨੂੰ ਸਮਝ ਗਏ ਹੋਣੀ ਆ ਇੱਕੋ ਆਪਸ਼ਨ ਇੱਥੇ ਰਹਿ ਗਈ ਹੈ ਜੀ ਉਹ ਹੈ ਜੀ ਬੁੱਧ ਬੁੱਧ ਧਰਮ ਨੂੰ ਫਾਲੋ ਕਰਨ ਵਾਲੇ ਅਸ਼ਟਮਾਰਗ ਵਿੱਚ ਵਿਸ਼ਵਾਸ ਰੱਖਦੇ ਸੀਗੇ ਅਸ਼ਟਮੈਂ ਅੱਠ ਗੱਲਾਂ ਦੱਸੀਆਂ ਸੀਗੀਆਂ ਕੱਲ ਦੀ ਵੀਡੀਓ ਵਿੱਚ ਤੁਸੀਂ ਉਸ ਵੀਡੀਓ ਨੂੰ ਤੁਸੀਂ ਜ਼ਰੂਰ ਵੇਖ ਲਿਓ ਸੋ ਇਹਦਾ ਜਿਹੜਾ ਸਹੀ ਜਵਾਬ ਹੋਏਗਾ ਬੁੱਧ ਦਾ ਆਏਗਾ ਜੀ ਅਸ਼ਟਮਾਰਗ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਥੋੜੀ ਬਹੁਤ ਹੈਲਪਫੁਲ ਜ਼ਰੂਰ ਲੱਗੀ ਹੋਊਗੀ ਜੇਕਰ ਹੈਲਪਫੁਲ ਲੱਗੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਲਿਓ ਚੈਨਲ ਨੂੰ ਜੇਕਰ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਲਾਲ ਵਾਲਾ ਜਿਹੜਾ ਬਟਨ ਹੈਗਾ ਜੀ ਉਹ ਤੁਸੀਂ ਜਰੂਰ ਪ੍ਰੈਸ ਕਰ ਲਿਓ ਸੋ ਇਸ ਦੇ ਨਾਲ ਹੀ ਵੀਡੀਓ ਨੂੰ ਕਰਦੇ ਆ ਖਤਮ ਥੈਂਕ ਯੂ so much for watching god bless you all